फाजिल का समाचार वैब टीवी देखे दर्शकों का स्वागत है। तो साड़ी नवी पेशकश चुनाव दंगल 2022 ਦੇ ਵਿੱਚ ਤੁਹਾਨੂੰ ਲੈ ਕੇ ਆਏ ਹਾਂ ਤੇ ਅੱਜ ਤੁਹਾਨੂੰ ਅਸੀਂ ਮਿਲਾਵਾਂਗੇ ਪਿੰਡ ਕੋੜਿਆਂਵਾਲੀ ਦੇ ਲੋਕਾਂ ਦੇ ਨਾਲ ਕੀ ਰਾਏ ਇਹਨਾਂ ਦੀ ਜਿਨ੍ਹਾਂ ਨੇ 2022 ਦੇ ਵਿੱਚ ਜਿਹੜੀ ਸੂਬੇ ਦੀ ਸਰਕਾਰ ਨੇ ਵਾਅਦੇ ਕੀਤੇ ਸੀ ਕਿ ਘਰ ਘਰ ਰੋਜ਼ਗਾਰ ਦੇਵਾਂਗੇ, ਬਿਜਲੀ ਮਾਫ ਕਰਾਂਗੇ, ਜਿਹੜੀ ਕਿਸਾਨਾਂ ਦੇ ਕਰਜ਼ੇ ਮਾਫ ਕਰਾਂਗੇ, ਹੋਰ ਕਈ ਵਾਅਦੇ ਕੀਤੇ ਸੀ ਉਸ ਨੂੰ ਲੈ ਕੇ ਅਸੀਂ ਅੱਜ ਕੋੜਿਆਂਵਾਲੀ ਵਿੱਚ ਖੜੇ ਆ। ਇੱਥੇ ਦੀ ਜਨਤਾ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਮਿਲਾਉਂਦੇ ਆ। ਕੀ ਨਾਮ ਹੈ ਸਰ ਤੁਹਾਡਾ? ਰਤਨ ਲਾਲ। ਰਤਨ ਲਾਲ ਜੀ, 2017 ਵਿੱਚ ਕਾਂਗਰਸ ਸਰਕਾਰ ਨੇ ਕਿਹਾ ਸੀ ਵੀ ਅਸੀਂ ਕਰਜ਼ੇ ਮਾਫ ਕਰਾਂਗੇ, ਬਿਜਲੀ ਮਾਫ ਕਰਾਂਗੇ, ਘਰ ਘਰ ਰੋਜ਼ਗਾਰ ਦੇਵਾਂਗੇ, ਨੌਕਰੀਆਂ ਦੇਵਾਂਗੇ, ਹੱਦ ਤੱਕ ਪੂਰੇ ਮਿਲੀਆਂ ਬਟ ਹੋਏ ਵਾਅਦੇ ਪੂਰੇ? ਕੋਈ ਵਾਅਦਾ ਨਹੀਂ ਪੂਰਾ, ਵਾਅਦਾ ਅਸੀਂ ਹੈਗਿਆਂ ਦਿੱਤੀ। ਮੇਰੀ ਸੁਣ ਲਓ ਗੱਲ, ਸਾਨੂੰ ਕੋਈ ਮੁੱਖ ਮੰਤਰੀ ਦੀ ਲੋੜ ਨਹੀਂ, ਕੋਈ MP ਦੀ ਨਾ, MP MLA। ਜਿਹੜਾ ਆਮ ਬੰਦਾ ਜਾਂਦਾ ਰਸਤੇ 'ਚ, ਉਹਨਾਂ ਨੂੰ ਲੁੱਟਾ ਖੋਈ ਭੋਲ ਜਾਂਦੇ, ਸਰਿਆ ਮੋਟਰਸਾਈਕਲ ਖੋਈ ਜਾਂਦੇ, ਉਹਨਾਂ ਦੇ ਲਗਾਮ ਨਹੀਂ ਕਸੀ ਜਾਂਦੀ ਉਹਨਾਂ ਦੇ, ਅਤੇ ਅਸੀਂ ਵੋਟ ਕਿਹਨੂੰ ਪਾਈਏ? ਆਉਣ ਮੌਕੇ ਸਰਕਾਰ ਹੋਏ, ਰਸਤੇ ਸਰਿਆਮ ਗੁੰਡਾਗਰਦੀ ਹੋਵੇ, ਉਹਨੂੰ ਅਸੀਂ ਕੀ ਹਿਸਾਬ ਕਿਤਾਬ ਵੋਟ ਦੇਵਾਂਗੇ? ਆਪਾਂ ਗੱਲ ਕਰੀਏ 2022 ਦੀ ਇਲੈਕਸ਼ਨਾਂ ਦੀ। ਹਾਂਜੀ, 2022 ਤੋਂ ਇੱਕ ਨੂੰ ਵੋਟਾਂ ਪਾਓਗੇ ਤੁਸੀਂ? 2022 'ਚ ਜੀ ਹੁਣ ਆਉਣ ਸਰਕਾਰ ਹੈਗੀ ਹੈ, ਆਮ ਪਾਰਟੀ ਨੂੰ, ਆਮ ਪਾਰਟੀ ਨੂੰ ਇੱਕ ਮੌਕਾ ਕੇਜਰੀਵਾਲ ਨੂੰ ਦਿਓਗੇ? ਹਾਂਜੀ, ਅਸੀਂ ਤਾਂ ਦੇਵਾਂਗੇ ਆਪਣੀ ਮਰਜ਼ੀ ਲੋਕਾਂ ਦੀ। ਹੋਰ ਲੋਕ ਸਾਡੇ ਜੁੜੇ ਆ, ਆਪਾਂ ਇਹਨਾਂ ਨੂੰ ਮਿਲਦੇ ਹਾਂ। ਚੰਡੀਗੜ੍ਹ ਦੇ ਵਿੱਚ ਨਗਰ ਨਿਗਮ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ। ਹਾਂਜੀ, ਹੁਣ ਸ਼ਾਇਦ ਲੋਕ ਕਹਿ ਰਹੇ, ਪਿੰਡਾਂ ਲੋਕ ਕਹਿ ਰਹੇ ਵੀ ਐਤਕੀ ਬਦਲਾਵ ਲਿਆਵਾਂਗੇ, ਕਿ ਇਸ ਵਾਰ ਇੱਕ ਮੌਕਾ ਕੇਜਰੀਵਾਲ ਨੂੰ ਦਿਓਗੇ? ਪੱਕਾ 2017 ਵਿੱਚ ਜਿਹੜੀ ਕਾਂਗਰਸ ਸਰਕਾਰ ਨੇ ਵਾਅਦੇ ਕੀਤੇ ਸੀ ਹੋਏ ਪੂਰੇ? ਕੇਜਰੀਵਾਲ ਨੂੰ ਇੱਕ ਮੌਕਾ ਦਿਓਗੇ? ਜ਼ਰੂਰ ਦੇਵਾਂਗੇ, ਪੱਕਾ ਇਰਾਦਾ ਬਣਿਆ। ਸਾਡੇ ਨਾਲ ਹੋਰ ਲੋਕ ਵੀ ਜੁੜ ਚੁੱਕੇ ਆ, ਇਹਨਾਂ ਨਾਲ ਗੱਲ ਕਰਦੇ ਆ। ਕੀ ਨਾਮ ਬਾਬੇ? ਭਾਗੂ ਰਾਮ ਜੀ, 2022 'ਚ ਕਿਹਨੂੰ ਵੋਟ ਪਾਓਗੇ? ਸਾਡੇ ਨਾਲ ਸਰਦਾਰ ਜੀ ਨਾਲ ਜੁੜੇ ਹੋਏ ਨੇ, ਇਹਨਾਂ ਨਾਲ ਪੁੱਛਦੇ ਆ। ਸਰਦਾਰ ਜੀ, ਚੰਡੀਗੜ੍ਹ ਵਿੱਚ ਨਗਰ ਨਿਗਮ ਵਿੱਚ ਐਤਕੀ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ। ਜਿੱਤ ਹੋਈ ਹੈ, ਕਈ ਜਾਂਦੇ ਜਿੱਤ ਹੋਈ ਹੈ। ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਲੋਕ ਵੀ ਕਹਿੰਦੇ ਵੀ ਅਸੀਂ ਕਿ ਜਿਹੜੀ ਹੈ ਬਦਲਾਵ ਚਾਹੁੰਦੇ ਹਾਂ। ਕਹਿੰਦੇ ਇਸ ਵਾਰ ਪੰਜਾਬ ਹੈ, ਤੁਸੀਂ ਕਿ ਕੇਜਰੀਵਾਲ ਦੀ ਸਰਕਾਰ ਨੂੰ ਲਿਆਓਗੇ? ਜਾਵਾਂਗੇ, ਇੱਕ ਮੌਕਾ ਦਿਓਗੇ? ਹਾਂ, ਇੱਥੇ ਵੋਟ ਪਾਵਾਂਗੇ ਜ਼ਰੂਰ। ਜਿਵੇਂ ਕਿ ਤੁਸੀਂ ਦੇਖਿਆ ਪਿੰਡ ਕੋੜਿਆਂਵਾਲ ਦੇ ਵਿੱਚ ਅਸੀਂ ਇੱਥੇ ਪਹੁੰਚੇ ਅਤੇ ਇਹਨਾਂ ਦੀ ਰਾਏ ਲਿੱਤੀ। ਇਹਨਾਂ ਜਿਹੜੇ 2017 ਵਿੱਚ ਕਾਂਗਰਸ ਸਰਕਾਰ ਦੇ ਵਾਅਦੇ ਕਿਹਾ ਸੀ ਵੀ ਪੂਰੇ ਕੀਤੇ ਆ, ਪਰ ਇਹਨਾਂ ਲੋਕਾਂ ਦਾ ਕਹਿਣਾ ਵੀ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ। ਪਰ ਇਹ ਇਸ ਵੇਲੇ ਇਹਨਾਂ ਦਾ ਕਹਿਣਾ ਹੈ ਕਿ ਐਤਕੀ ਅਸੀਂ ਜਿਹੜਾ ਹੈ 2022 ਵਿੱਚ ਬਦਲਾਅ ਲਿਆਵਾਂਗੇ, ਇੱਕ ਮੌਕਾ ਕੇਜਰੀਵਾਲ ਨੂੰ ਦੇਵਾਂਗੇ। ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ SK ਵਰਮਾ ਰਿਪੋਰਟ।